अक्सर तुसी सोशल मीडिया ते आर्थिक तौर ते गरीब लोकां दीआं कहानियां सुणियां होणगीआं। ज़्यादातर इन्हां कहानियां दा मुद्दा है आर्थिक तौर ते गरीब लोकां दी लाचारी दिखाउणा, उन्हां दे वल्लों सरकार नूं लानतां पाउणा या फिर लोकां तों मदद दी अपील कीती हुंदी है। पर इह कहानी थोड़ी वक्खरी है। इह ने जसबीर सिंह, जो कि लुधियाणा दी पखोवाल रोड ते हीरो बेकरी चौंक दे विच 40 सालां तों चाह वेचदे ने। इह ने शेर अली, जो उत्थे ही कपड़े सिउंदे ने, अते इहने काला सिंह, जो चाबियां बणाउंदे ने। इहनां दी कहानी बाकियां वर्गी है पर थोड़ी वक्खरी है। इह आर्थिक तौर ते कमजोर ने, मुश्किल दे नाल 2-400 रुपया दिहाड़ी बणाउंदे ने, पर इह हालातां दा रोणा नहीं रोंदे। इह सरकारां नूं दोष नहीं दिंदे ते किसे अगे हथ नहीं अड्डदे। साडे पत्रकार सिमरनजोत सिंह मक्कड़ दी पेश है खास रिपोर्ट। देश की आर्थिकता के दो वक्रे नज़ारे लुधियाना के हीरो बेकरी चौंक च दसण नूं मिलणगे। ए जैगुआर का निशान दिसूगा, जिथे बहुत अमीर गड्डियां आके इत्थे खड़दियां ने। इस रेड लाइट के उत्ते जदों हुण भीड़ ज़्यादा है, इत्थे पुल बन रहा है, तो नज़ारा ये हुंदा कि गड्डियां महंगियां जिहड़ियां आउंदियां ओह लोग भी खड़दे है। आम लोग भी थोनूं दसणगे, पर इत्थे थोनू एक शख्स पिछले 40 सालों तो दिन रात खड़ा दिसूगा, वो ने अंकल जसबीर सिंह होने। सारिया की किस्मत चाह बना के प्रधानमंत्री बनने वाली नहीं हुंदी। कोई चाह बना के देश का प्रधानमंत्री बनया, तो कोई 40 साल तो इत्थे चाह वेच वेच के बाकी दुनिया बदलती देखता, पर आप नहीं बदलता। जसबीर सिंह जी, सत श्री अकाल। सत श्री अकाल जी। ਕਿੰਨੇ ਸਾਲਾਂ ਤੋਂ ਅੰਕਲ ਇੱਥੇ ਹੋ ਤੁਸੀਂ? 40 ਸਾਲ ਤੋਂ। 40 ਸਾਲ ਹੋ ਗਏ। 40 ਸਾਲਾਂ 'ਚ ਕੁਛ ਬਦਲਿਆ ਜ਼ਿੰਦਗੀ 'ਚ? ਨਹੀਂ, ਉਵੇਂ ਹੀ ਹੈ ਜ਼ਿੰਦਗੀ। ਉਵੇਂ ਰੋਜ਼ ਆਉਂਦੇ ਹੋ ਜਾਂਦੇ ਹੋ? ਹਾਂਜੀ 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 ਰੋਜ਼ ਆਉਂਦੇ ਜਾਂਦੇ ਹੋ। ਲੁਧਿਆਣਾ ਬਦਲ ਗਿਆ ਕਿ ਨਹੀਂ 40 ਸਾਲਾਂ 'ਚ? ਉਹ ਤਾਂ ਬਹੁਤ ਜ਼ਿਆਦਾ ਬਦਲ ਗਿਆ। ਕਿਵੇਂ? ਜਦੋਂ ਮੈਂ ਇੱਥੇ ਆਇਆ ਸੀ ਉਹ ਤਾਂ ਹਜ਼ਾਰ ਰੁਪਇਆ ਸੀ, ਪਰੇ ਪਰੇ ਆਰਤੀ ਸ਼ਰਮੇ ਤੋਂ ਪਰੇ ਪਰੇ ਵਾਧੀ ਸੀਗੀ ਸਾਰੀ, ਬਾਅਦ 'ਚ ਮੇਰੇ ਹੁੰਦੇ ਤੇ ਹੋਈ ਆ। ਆ ਇੱਥੇ ਜਿੱਥੇ ਅਸੀਂ ਖੜੇ ਹਾਂ ਉਦੋਂ ਇੱਥੇ ਵਾਧੀ ਨਹੀਂ ਸੀ? ਨਹੀਂ ਸੀਗੀ, ਕੋਈ ਗੱਡੀ ਨਹੀਂ ਸੀਗੀ। ਹਾਂ, ਇਹ ਤਾਂ ਹੁਣੀ ਚੱਲਣ ਲੱਗੀਆਂ ਨੇ ਗੱਡੀਆਂ। 20 ਸਾਲ ਦੀਆਂ ਪਹਿਲਾਂ ਕੋਈ ਵਾਧੀ ਨਹੀਂ ਸੀ ਗੱਡੀਆਂ ਦੀ। ਪਹਿਲਾਂ ਆਮ ਗੱਡੀਆਂ ਸੀ, ਮਾੜੀ ਮੋਟੀ ਕੋਈ ਗੱਡੀ, ਪਿੰਡਾਂ 'ਚ ਇੱਕ ਅੱਧੀ ਗੱਡੀ ਹੁੰਦੀ ਸੀ। ਹਾਂ, ਹੋਰ ਨਹੀਂ ਸੀ। ਅਤੇ ਉਦੋਂ ਤੋਂ ਹੀ ਚਾਹ ਦਾ ਕੰਮ ਕਰਦੇ ਹੋ? ਹਾਂਜੀ, ਚਾਹ ਪਕੌੜਿਆਂ ਦਾ। ਆਏ ਕਿੱਥੋਂ ਸੀ ਤੁਸੀਂ? ਸਾਡੇ ਪਿੰਡ ਰਾਜਵਾਲਾ, ਹਲਵਾਰੇ ਕੋਲੇ। ਹਲਵਾਰੇ ਕੋਲੇ, ਅਤੇ ਉੱਥੋਂ ਕਿਉਂ ਉੱਠ ਕੇ ਆਏ ਫਿਰ? ਉੱਥੋਂ ਬਾਹਰ ਨੂੰ ਹਟ ਕੇ ਸੀ, ਫਿਰ ਕਾਰਖਾਨੇ ਕੰਮ ਕਰਦੇ ਰਹੇ, ਫਿਰ ਇੱਥੇ ਹੀ ਲੱਗ ਗਿਆ। ਘਰੋਂ ਗਰੀਬੀ ਸੀ। ਅੱਛਾ, ਤੇ ਉੱਥੇ ਪੜ੍ਹਦੇ ਰਾਜਵਾਣੇ ਸੀਗੇ? ਹੇਰੀ, ਹਾਂ, ਹੇਰਾ ਹਾਈ ਸਕੂਲ। ਮੈਨੂੰ ਇਹ ਦੱਸੋ, ਤੁਹਾਡੀ ਆਰਥਿਕਤਾ 'ਚ ਕੋਈ ਫਰਕ ਨਹੀਂ ਪਿਆ ਇੰਨੇ ਸਾਲਾਂ 'ਚ? ਉਹ 40 ਸਾਲ ਪਹਿਲਾਂ ਇੱਥੇ ਸੀਗੇ, ਕਮਾਈ ਨਹੀਂ ਹੋਈ ਵੀ ਤੁਸੀਂ ਵੀ ਕਿਤੇ ਹੋਰ ਅੱਡਾ ਲਾ ਲੈਂਦੇ, ਦੁਕਾਨ ਲੈ ਲੈਂਦੇ? ਬਿਨਾਂ ਕਰਮਾਂ ਤੋਂ ਕੱਖ ਨਹੀਂ ਜੀ। ਬਿਨਾਂ ਕਰਮਾਂ ਤੋਂ ਕੱਖ ਨਹੀਂ ਹੁੰਦਾ, ਜੇ ਕਰਮਾਂ 'ਚ ਨਹੀਂ ਹੈਗਾ। दो बड़े है, घर दे है, दो भरा वक्रे वक्रे सारे वक्रे। रोटी पानी वधिया चलदा? हां, रोटी ठीक चलदी जी। चाह तो ही गुजारा है? ਚਾਹ ਪਕੌੜੇ ਦੇ, ਬਾਕੀ ਬੁੱਢਿਆਂ ਦਾ ਆਪਦਾ ਲੈਦਾ ਲੈਦਾ ਉਹ ਹੈਗਾ ਕਾਰੋਬਾਰ, ਉਹ ਕੰਮ ਆਪਦਾ ਕਰਦੇ। ਹਾਂਜੀ, ਤੁਸੀਂ ਸੰਤੁਸ਼ਟ ਹੋ? ਹਾਂਜੀ ਹਾਂਜੀ, ਹਾਂ ਠੀਕ ਹੈ ਜੀ। ਖੁਸ਼ ਹੋ? ਸੁਖੀ ਹੋ? ਸੁਖੀ ਹੈ ਜੀ। ਤੁਹਾਨੂੰ ਇਹ ਲੱਗਦਾ ਪੈਸੇ ਨਾਲ ਸੁੱਖ ਦੀ ਨੀਂਦ ਨਹੀਂ ਆਉਂਦੀ? ਨਾ ਨਾ ਜੀ, ਠੀਕ ਹੈ ਜੀ ਅਸੀਂ। ਅੱਛਾ, ਠੀਕ ਠਾਕ। ਕਿੰਨੇ ਕੁ ਵਟਕ ਹੋ ਜਾਂਦੀ ਅੰਕਲ? ਅੱਜ ਕੱਲ੍ਹ ਤਾਂ ਹੁਣ ਇਹਦੇ ਕਰਕੇ, ਬਿਮਾਰੀ ਕਰਕੇ 100 ਕਰੋੜ ਰੁਪਈਆ ਮੈਂ ਵੱਜਦਾ। 100 ਰੁਪਈਆ ਬਸ? ਪਹਿਲਾਂ 2-2.5 ਤਾਂ ਵੱਜ ਜਾਂਦਾ ਸੀ, ਪਹਿਲਾਂ ਕੰਮ ਠੀਕ ਸੀ। ਸਿਰਫ 200-250 ਰੁਪਇਆ ਪਹਿਲਾਂ ਬਚਦਾ ਸੀ ਲੋਕਡਾਊਨ ਤੋਂ ਪਹਿਲਾਂ, ਹੁਣ 100 ਰੁਪਇਆ ਬਚਦਾ, ਇਦੂ ਵੱਧ ਨਹੀਂ। ਤੇ ਇਹ ਫਿਰ ਆਸੇ ਪਾਸੇ ਦੁਕਾਨਾਂ ਵਾਲੇ ਪੀਂਦੇ? ਹਾਂ, ਪੀਂਦੇ, ਸ਼ੋਰੂਮ ਵਾਲੇ ਜਾਂ ਦਵਾਈਆਂ ਵਾਲੇ, ਮੈਡੀਕਲ ਵਾਲੇ, ਮੱਛੇ ਦਵਾਈਆਂ ਚੱਲਦਾ ਫਿਰਦਾ ਘਾਹ ਖਰੀਦੀ ਦਾ ਕਾਰੋਬਾਰ ਬੰਦਾ ਬਿਲਕੁਲ। ਜਿਹੜੀ ਇੱਕ ਗੱਡੀ ਖੜੀ ਸੀ ਪਹਿਲਾਂ ਅਸੀਂ ਗੱਲ ਕਰੀ ਜਾਂਦੇ ਸੀ, ਉਹ 2 ਕਰੋੜ ਦੀ ਹੈ? ਹਾਂਜੀ, ਇੱਥੇ ਆਉਂਦੀਆਂ ਜਾਂਦੀਆਂ 2-2 ਕਰੋੜ ਵਾਲੀਆਂ ਗੱਡੀਆਂ ਤਾਂ ਆਉਂਦੀਆਂ ਜਾਂਦੀ ਬਹੁਤ ਹੈ ਜੀ। ਤੁਹਾਨੂੰ ਕਦੇ ਮਹਿਸੂਸ ਨਹੀਂ ਹੋਇਆ ਕਿ ਤੁਸੀਂ 40 ਸਾਲਾਂ 'ਚ ਉਸੇ ਅੱਡੇ 'ਤੇ ਹੀ ਹੋ?
ਨਹੀਂ ਆਪਾਂ ਤਾਂ ਸਾਈਕਲ ਹੀ ਠੀਕ ਹੈ ਜੀ। ਸਾਈਕਲ ਠੀਕ ਹੈ ਅੰਕਲ। ਕਾਰਾਂ ਵੱਡੀਆਂ ਕਾਰਾਂ ਦੇਖ ਕੇ ਜੀ ਨਹੀਂ ਕਰਦਾ ਵੀ ਕਾਰ ਲੈ ਲਈਏ? ਨਾ ਨਾ 9 ਵਜੇ ਸੌਂ ਜਾਈਦਾ, 5 ਵਜੇ ਉੱਠ ਖੜੀਦਾ ਆਰਾਮ ਨਾਲ। ਦਿਹਾੜੀ 7 ਰੋਟੀਆਂ ਖਾਂਦਾ ਮੈਂ। ਅੱਛਾ, ਇਹਨਾਂ ਨੂੰ ਮੈਨੂੰ ਲੱਗਦਾ ਨੀਂਦ ਨਹੀਂ ਆਉਂਦੀ ਹੋਣੀ ਕਾਰਾਂ ਵਾਲਿਆਂ ਨੂੰ। ਇਹਨੇ ਜ਼ਿਆਦਾ ਖਾਂਦੇ ਆ ਸਭ ਕੁਛ, ਆਪਾਂ ਤਾਂ ਕੋਈ ਚੀਜ਼ ਦੀ ਕੋਈ ਚੀਜ਼ ਦਾ ਐਬ ਨਹੀਂਗਾ। ਹਾਂ, ਚਾਹ ਤੋਂ ਬਿਨਾਂ ਤਾਂ ਕੋਈ ਚੀਜ਼ ਦਾ ਐਬ ਨਹੀਂਗਾ। ਅੱਛਾ, ਚਾਹ ਬਣਾਉਣੇ ਵੀ ਉਹਦੇ ਚਾਹ ਦਾ ਵੈਲ ਵੀ ਆ ਤੁਹਾਨੂੰ? ਚਾਹ ਤਾਂ 3 ਕੁ ਕਿਨਾਂ ਪੀਣਾ ਉਹਨਾਂ ਦਿਹਾੜੀ 'ਚ, ਸਵੇਰ ਤੋਂ ਲੈ ਕੇ 3-4 ਕਿਨਾਂ। ਦਿਹਾੜੀ 6-7 ਰੋਟੀ ਖਾਂਦਾ ਬਸ, ਹੋਰ ਕੋਈ ਦਿੱਕਤ ਨਹੀਂ। ਸਾਈਕਲ 'ਤੇ ਪੂਰੇ ਫਿੱਟ ਪਏ ਹੋ ਅੰਕਲ ਪੂਰੇ, ਹੈ ਨਾ, ਹੱਥੀਂ ਕੰਮ ਕਰਦੇ ਹੋ ਤਾਂ। ਹਾਂ, ਕੋਈ ਦਿੱਕਤ ਨਹੀਂ ਮੈਨੂੰ ਹੈਗੀ, ਕੋਈ ਤਕਲੀਫ ਨਹੀਂ, ਕੋਈ ਬਿਮਾਰੀ ਨਹੀਂ, ਕੋਈ ਦਿੱਕਤ ਨਹੀਂ। ਔਰ ਮਿਹਨਤ ਕਰਕੇ ਖਾਧਾ ਜ਼ਿੰਦਗੀ 'ਚ, ਕਦੇ ਮੰਗਿਆ ਨਹੀਂ ਕਿਸੇ ਤੋਂ? ਨਾ ਨਾ ਨਾ, 2 ਗਰਾਂ ਮੇਰਾ ਐਕਸੀਡੈਂਟ ਵੀ ਹੋਇਆ ਲੱਤ ਦਾ ਇਹਦਾ। ਅੱਛਾ, ਕੋਈ ਦਿੱਕਤ ਨਹੀਂ ਪਈ? ਕੋਈ ਦਿੱਕਤ ਨਹੀਂ। ਨਾ ਨਾ, ਖੁਰਾਕ ਤਕੜੀ ਹੈ ਤੁਹਾਡੀ? ਖੁਰਾਕ ਤਾਂ ਹੁਣ ਤਾਂ ਕਾਹਦੀ ਹਾਲੀ, ਪਹਿਲਾਂ ਵੀ ਠੀਕ ਹੀ ਖੁਰਾਕ ਰੱਖੀ ਦੀ ਆ, ਵੱਧ ਨਹੀਂ, ਨਾ ਵੱਧ ਖਾਈਦਾ ਨਾ ਘੱਟ ਖਾਈਦਾ, ਬਸ ਠੀਕ ਹੀ ਰੱਖੀ ਦਾ। ਅਤੇ ਸਾਈਕਲ 'ਤੇ ਆਉਣੇ ਜਾਂਦੇ ਹੋ? ਹਾਂ, ਸਾਈਕਲ 'ਤੇ ਮੈਂ ਜਵਦੀ ਹੋਣਾ। ਅੱਛਾ, ਜਵਦੀ ਹੋ? ਹਾਂ, ਜਵਦੀ। ਆਨੰਦ ਆ ਮਤਲਬ ਜ਼ਿੰਦਗੀ? ਹਾਂਜੀ ਹਾਂਜੀ, ਹੋਰ ਕੋਈ ਦਿੱਕਤ ਨਹੀਂ ਮੈਨੂੰ ਹੈਗੀ ਕਿਸੇ। ਚਲੋ ਵਧੀਆ। ਕਿੰਨੀ ਉਮਰ ਕਿੰਨੀ ਹੋ ਗਈ ਤੁਹਾਡੀ? 63 ਸਾਲ ਦੀ ਉਮਰ ਹੈ। 63 ਸਾਲ ਦੀ ਉਮਰ ਹੋ ਗਈ। ਤੇ ਹੁਣ ਇਹ ਕੰਮ ਛੱਡ ਦੇਣਾ ਕਿ ਅਸੀਂ ਕਰਦੇ ਰਹਿਣਾ? ਜਿੰਨਾ ਚਿਰ ਕਰਦੇ ਹਾਂ ਠੀਕ ਹੈ, ਸਰੀਰ ਚੱਲਦਾ ਉਨਾ ਚਿਰ ਕਰੀ ਜਾਂਦੇ ਹਾਂ। ਤੇ ਜਵਾਕ ਨਹੀਂ ਕਹਿੰਦੇ ਮੁੰਡੇ ਵੀ ਹੁਣ ਬੱਪੇ ਜਾ? ਨਾ, ਮੁੰਡੇ ਅੱਜ ਕੱਲ੍ਹ ਤਾਂ ਇੱਦਾਂ ਹੀ ਆ, ਫਿਰ ਮੁੰਡਿਆਂ ਦਾ ਕਰ, ਮੁੰਡਿਆਂ ਦਾ ਅੱਜ ਕੱਲ੍ਹ ਕਾਰੋਬਾਰ ਇੱਦਾਂ ਹੀ ਆ ਉਹਦਾ, ਆਪਦੀ ਮੌਤ 'ਚ ਰਹਿੰਦੇ ਆ। ਹਾਂਜੀ, ਅੰਕਲ ਦੀ ਚਾਹ ਵਾਲੀ ਦੁਕਾਨ ਦੇ ਨਾਲ ਅੱਡੇ ਦੇ ਨਾਲ ਹੀ ਸ਼ੇਰ ਅਲੀ ਨੇ, ਸ਼ੇਰ ਅਲੀ ਕਈ ਸਾਲਾਂ ਤੋਂ ਇੱਥੇ ਕੱਪੜੇ ਸਿਉਂ ਕੇ ਆਪਣੇ ਆਪਦੇ ਘਰ ਦਾ ਗੁਜ਼ਾਰਾ ਕਰਦੇ ਹੈ। ਅਤੇ ਬਾਈ ਜੀ ਸ਼ੇਰ ਸਿੰਘ, ਕਾਲਾ ਸਿੰਘ, ਕਾਲਾ ਸਿੰਘ ਨੇ, ਔਰ ਇਹ ਚਾਬੀਆਂ ਦਾ ਕੰਮ ਕਰਦੇ ਹੈ, ਔਰ ਇਹ ਵੀ ਹੱਥੀਂ ਮਿਹਨਤ ਕਰਦੇ ਹੈ, ਕਦੇ ਫੇਰੀ ਲਾਉਂਦੇ ਹੈ ਜਾਂ ਕਦੇ ਇੱਥੇ ਅੱਡੇ 'ਤੇ ਬਹਿੰਦੇ ਹੈ। ਤਾਂ ਇਹ ਸਾਡੇ ਦੇਸ਼ ਦੀ ਬੇਸ ਹੈ, ਇਹ ਆਰਥਿਕਤਾ ਦਾ ਬੇਸ ਨੇ ਲੋਕ। ਕਿੰਨੇ ਕੁ ਸਾਲ ਤੋਂ ਇੱਥੇ ਹੋ ਤੁਸੀਂ ਜੀ? ਹਮਕੋ ਹੋ ਗਿਆ 24 ਸਾਲ ਤੱਕ ਜੀ, ਇੱਥੇ ਇਸੇ ਅੱਡੇ 'ਤੇ। ਹਾਂਜੀ ਹਾਂਜੀ। 24 ਸਾਲਾਂ 'ਚ ਜ਼ਿੰਦਗੀ ਕਿੰਨੀ ਕੁ ਬਦਲੀ ਹੈ ਜੀ? ਜ਼ਿੰਦਗੀ ਤਾਂ ਜੀ ਬਹੁਤ ਬਦਲ ਗਈ ਹੈ, ਲੁਧਿਆਣਾ ਵੀ ਬਦਲ ਗਿਆ, ਸਾਰਾ ਚੀਜ਼ ਬਦਲ ਗਿਆ ਹੈ ਸਰ। ਕੰਮ ਵਧਿਆ ਕਿ ਨਹੀਂ? ਕੰਮ ਤਾਂ ਜੀ ਘੱਟ ਹੋ ਗਿਆ ਹੈ ਜੀ, ਪਹਿਲਾਂ ਨਾਲੋਂ ਘਟਿਆ। ਹਾਂਜੀ ਹਾਂਜੀ, ਜਬ ਸੇ ਲਾਕਡਾਊਨ ਲੱਗਾ ਜੀ ਜਬ ਸੇ ਘਟਾ ਹੁਆ ਹੈਗਾ। ਗੁਜ਼ਾਰਾ ਹੋ ਜਾਂਦਾ? ਹਾਂਜੀ, ਗੁਜ਼ਾਰਾ ਹੋ ਜਾਤਾ ਹੈ, ਰੱਬ ਕੀ ਦੁਆ ਸੇ ਗੁਜ਼ਾਰਾ ਹੋ ਜਾਤਾ ਹੈ ਜੀ ਸਰ। ਕਿੰਨੀ ਕੁ ਦਿਹਾੜੀ ਐਵਰੇਜ ਪੈ ਜਾਂਦੀ ਹੈ? 200-250-300 ਬਣ ਜਾਂਦੀ ਹੈ ਜੀ ਬਸ। 200-250-300 'ਚ ਖੁਸ਼ ਹੋ? ਹਾਂਜੀ, ਖੁਸ਼ ਹੈ ਹੀ ਹੈ ਜੀ, ਪਰਮਾਤਮਾ ਜੋ ਦੇ ਰਿਹਾ, ਰੱਬ ਜੋ ਦੇ ਰਿਹਾ ਹੈ ਜੀ, ਖੁਸ਼ ਹੈ ਜੀ, ਸੰਤੁਸ਼ਟੀ ਹੈ। ਹਾਂਜੀ ਹਾਂਜੀ। ਕਦੇ ਤੁਹਾਡੇ ਕੋਲ ਕੋਈ ਰਾਸ਼ਨ ਵਾਲੇ ਜਾਂ ਕੋਈ ਸਰਕਾਰਾਂ ਦੀਆਂ ਪਾਲਿਸੀਆਂ ਵਾਲੇ ਆਉਂਦੇ ਆ ਜਾਂ ਤੁਹਾਡੇ ਖਾਤੇ 'ਚ ਪੈਸੇ ਪਏ ਆ ਕਦੇ? ਜੀ ਨਹੀਂ, ਅਭੀ ਤਾਂ ਕੁਛ ਨਹੀਂ ਪੜਾ ਹੁਆ ਹੈਗਾ ਜੀ। ਕੁਛ ਨਹੀਂ ਮਿਲਿਆ? ਨਹੀਂ ਜੀ, ਅਭੀ ਤਾਂ ਨਹੀਂ ਮਿਲਾ ਹੁਆ, ਅਭੀ ਤਾਂ ਐਸੇ ਗੁਜ਼ਾਰਾ ਕਰ ਰਹੇ ਹਾਂ ਜੀ, ਫੁੱਟਪਾਥ ਪਰ ਕੇ ਇਹ ਪੁਰਾਣੇ ਧੁਰਾਣੇ ਕੱਪੜਾ ਸੇਲ ਕਰਕੇ ਗੁਜ਼ਾਰਾ ਕਰ ਰਹੇ ਹਾਂ ਜੀ। ਨਵਾਂ ਤਾਂ ਕੱਪੜਾ, ਪੁਰਾਣੇ ਕੱਪੜੇ ਸੀਨ ਵਾਲੇ ਆਉਂਦੇ ਤੁਹਾਡੇ? ਹਾਂਜੀ ਹਾਂ, ਅਭੀ ਤਾਂ ਨਵਾਂ ਕੱਪੜਾ ਨਹੀਂ ਆਇਆ ਮੇਰੇ ਪਾਸ, ਜਬ ਸੇ ਲਾਕਡਾਊਨ ਲੱਗਾ ਜੀ, ਦੇਖ ਹੀ ਰਹੇ ਹੋ ਜੀ। 10-20 ਰੁਪਏ ਮੇਰੇ ਖਿਆਲ ਇੱਕ ਕੱਪੜੇ ਦੇ ਲੈਂਦੇ? ਹਾਂਜੀ, 20 ਰੁਪਏ ਲੈਤਾ ਹੂੰ। 20 ਰੁਪਏ ਲੈਂਦੇ ਹੋ? ਹਾਂਜੀ ਹਾਂਜੀ। ਘਰ 'ਚ ਕੌਣ ਕੌਣ ਹੈ? ਮੇਰੀ 2 ਬੇਟੀਆਂ, ਮੇਰੀ ਬੀਬੀ ਹੈ, ਮੇਰੀ ਮਾਂ ਹੈ। ਬੱਚੇ ਪੜ੍ਹਦੇ ਹੈ? ਹਾਂਜੀ, ਉਹ 12ਵੀਂ ਮੈਂ ਪੜ੍ਹ ਰਹੇ ਹੈ ਅਭੀ, ਯਾਨੀ ਉਸਕਾ ਰਿਜ਼ਲਟ ਆਨੇ ਵਾਲਾ ਹੈ ਜੀ। ਕੀ ਹਸਰਤ ਹੈ, ਬੱਚੀਆਂ ਕੀ ਬਣਨਾ ਚਾਹੁੰਦੀਆਂ? ਅਭੀ ਤਾਂ ਜੀ ਮੈਨੇ ਪੁੱਛਿਆ ਹੀ ਨਹੀਂ ਥਾ, ਅਬ ਆਗੇ ਚੱਲ ਕਰਕੇ ਕਿਆ ਬਣਨਾ ਹੈ ਉਹ ਤਾਂ ਉਹਨਾਂ ਦੀ ਮਰਜ਼ੀ ਕੀ ਬਾਤ ਹੈ ਜੀ। ਕਿਤੇ ਤਾਂ ਨਹੀਂ ਸੋਚਦੇ ਵੀ ਵਿਆਹ ਕਰ ਦੇਣਾ ਹੈ ਬਾਅਦ 'ਚ? ਜੀ ਵਿਆਹ ਤੋਂ 1-1.5 ਸਾਲ ਕੇ ਬਾਅਦ ਕਰੀ ਦੇਣਾ ਹੈ ਜੀ ਹਮਾਰੇ ਜੀ। ਇਹ ਸੋਚੋ ਕਿ ਪੜ੍ਹਾਉਣਾ ਵੀ ਔਖਾ, ਮਹਿੰਗਾ ਬਹੁਤ ਹੈ ਪੜ੍ਹਾਉਣਾ, ਮਹਿੰਗਾ ਜੀ। ਖਾਣਾ ਪੀਣਾ ਵੀ ਔਖਾ ਹੈਗਾ ਜੀ, ਪੜ੍ਹਾਉਣਾ ਵੀ ਔਖਾ ਹੈਗਾ ਜੀ, ਸਾਰਾ ਚੀਜ਼ ਤਾਂ ਹੈ ਜੀ। ਜੀਵਨ ਦੀ ਸੰਤੁਸ਼ਟੀ ਹੈ? ਹਾਂਜੀ, ਜੀਵਨ ਦੀ ਅੰਕਲ ਜੀ ਦੀ ਸੰਤੁਸ਼ਟੀ ਹੈ ਅੰਕਲ? ਹਾਂਜੀ ਹਾਂਜੀ। ਇੱਥੇ ਆਪਸ 'ਚ ਜੀ ਲਾਈ ਰੱਖਦੇ ਹੋ ਇੱਕ ਦੂਜੇ ਦਾ ਤੁਸੀਂ? ਹਾਂਜੀ ਹਾਂਜੀ, ਸਾਰਾ ਗੁਜ਼ਾਰਾ ਹੋ ਜਾ ਰਿਹਾ ਜੀ, ਸਾਰਾ ਗੁਜ਼ਾਰਾ ਹੋ ਜਾ ਰਿਹਾ ਜੀ। ਇਹ ਤਿੰਨਾਂ ਦੀ ਤਿੱਕੜੀ ਜ਼ਰੂਰ ਹੈ ਇੱਥੇ ਕਿ ਚਾਹ ਦਾ ਅੱਡਾ ਅੰਕਲ ਲਾਉਂਦੇ ਆ, ਸ਼ੇਰ ਅਲੀ ਇੱਥੇ ਇਹ ਕੱਪੜੇ ਸਿਉਂਦੇ ਆ, ਕਾਲਾ ਸਿੰਘ ਨਾਲ ਇੱਥੇ ਬੈਠਦੇ ਨੇ। ਹਾਲਾਂਕਿ ਇੱਕ ਮਨ 'ਚ ਇਹ ਵੀ ਡਰ ਹੁੰਦਾ ਕਿਤੇ ਖਬਰ ਖੁਬਰ ਚੱਲੇ ਅਤੇ ਕੋਈ ਸਾਡਾ ਅੱਡਾ ਚੱਕਰ ਨਾ ਆ ਜਾਵੇ ਕਾਰਪੋਰੇਸ਼ਨ ਵਾਲੇ ਜਾਂ ਕੋਈ ਹੋਰ। ਹਾਂਜੀ ਜੀ, ਕਿਆ ਕਰੇ, ਡਰਨਾ ਤਾਂ ਪੜਤਾ ਹੈਗਾ ਜੀ, ਮਗਰ ਹਾਂਜੀ ਹਾਂਜੀ, ਇਹ ਗਰੀਬ ਨੂੰ ਡਰਾਉਂਦੇ ਆ ਇਹ, ਜਿਹੜੀਆਂ ਐਡੀਆਂ ਐਡੀਆਂ ਲੋਕਾਂ ਨੇ ਸ਼ੋਰੂਮ ਨਜਾਇਜ਼ ਬਣਾ ਰੱਖੇ, ਉਹਨਾਂ 'ਤੇ ਕਦੇ ਕਿਸੇ ਨੇ ਨੱਥ ਨਹੀਂ ਪਾਈ ਜਾ ਕੇ। ਪਰ ਇਹ ਸਾਡੀ ਆਰਥਿਕਤਾ ਦਾ ਬੇਸ ਹੈ, ਇਹ ਤੁਰ ਹੈ, ਇਹ ਜ਼ਮੀਨ ਹੈ ਸਾਡੀ। ਇਹ ਲੋਕ ਕਹਿ ਰਹੇ ਆ ਕਿ ਅਸੀਂ ਸੰਤੁਸ਼ਟ ਹਾਂ, ਸਾਨੂੰ ਕਾਰਾਂ ਕੋਠੀਆਂ ਨਹੀਂ ਚਾਹੀਦੀਆਂ, ਅਸੀਂ ਚੈਨ ਦੀ ਨੀਂਦ ਸੌਂਦੇ ਹਾਂ ਘੱਟੋ ਘੱਟ ਜ਼ਿੰਦਗੀ ਦੇ ਵਿੱਚ। ਤਾਂ ਜ਼ਰੂਰੀ ਨਹੀਂ ਹੁੰਦਾ ਕਿ ਹਰ ਵਾਰ ਆਰਥਿਕ ਪੱਖੋਂ ਕਮਜ਼ੋਰ ਵਿਅਕਤੀ ਦੀ ਖਬਰ ਇਸ ਤਰ੍ਹਾਂ ਦਿਖਾਈ ਜਾਵੇ ਕਿ ਉਹ ਬਹੁਤ ਲਾਚਾਰ ਹੈ, ਉਹਦਾ ਸਰਦਾ ਨਹੀਂ ਆ, ਕੁਛ ਮੰਗੇ ਤੁਹਾਡੇ ਤੋਂ। ਇਹ ਤਿੰਨ ਸ਼ਖਸ ਉਹ ਨੇ
जिन्हों का चेहरे दसते हैं कि मेहनत करते ने, संतुष्ट ने और किसी तो मंग के नहीं खाधे। माइक दे के नहीं बोलिया कि साढ़े को कख नहीं, असी मर गए थान से, सरकार ने कुछ नहीं दिता सानू, शायद कोई कुछ दे दे। तिना का यही कहना है कि जो है जीवन च बहुत वधिया है, संतुष्ट हाँ, सौखे हाँ और वड्डियां कारां दे खाब नहीं है। साढ़े सैकल चंगे ने, सानू नींद वधिया आती है। कैमरा परसन राजविंदर टोनी के नाल सिमरनजोत सिंह, डेली पोस्ट, लुधियाना।